ਬੇਲੀਓ ਆਸ਼ੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਤੇ ਪਰ ਤੁਹਾਡੇ ਵਾਸਤੇ ਨਾ ਆਪਾਂ 87 ਮਾਡਲ ਲੈ ਕੇ ਆਏ ਤੇ ਪਹਿਲਾਂ ਤੁਸੀਂ ਕੱਠ ਦੇ ਲਓ ਟਰੈਕਟਰ ਦੇ ਆਲੇ ਦੁਆਲੇ ਹਨਾ ਧਿਆਨ ਨਾਲ ਦੇਖ ਲਓ ਮੇਲਾ ਹੀ ਲਾਤਾ ਟਰੈਕਟਰ ਨੇ ਇਸ ਨੇ ਮਾਡਲ 87 ਹੈ ਤੇ ਇਹਦੀ ਖਾਸੀਅਤ ਆ ਕੀ ਹੈ ਪਹਿਲਾਂ ਦੇਖੋ ਜਿੰਨਾ ਪੇਂਟ ਹੈ ਸਾਰਾ ਓਰਿਜਨਲ ਹੈ ਕਿਤੋਂ ਪੇਂਟ ਨਹੀਂ ਹੋਇਆ ਉੱਡ ਗਿਆ ਲਿਹਾ ਨਹੀਂ ਠੀਕ ਹੈ ਤੇ ਹੋਇਆ ਵੀ ਨਹੀਂ ਤੇ ਉਸ ਤੋਂ ਬਾਅਦ ਟਾਇਰ ਚਾਰੇ ਨਵੇਂ ਹੈ ਤੇ ਉਸ ਤੋਂ ਬਾਅਦ ਬਾਈ ਅਲੱਗ ਡਿਸਟ੍ਰੀਬਿਊਟਰ ਆ ਗਿਆ ਹਨਾ ਟਰਾਲੀ ਚੱਕਣਾ ਡਿਸਟ੍ਰੀਬਿਊਟਰ ਅਲੱਗ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੇ ਲੋਕਾਂ ਦੀ ਡਿਮਾਂਡ ਰਹਿੰਦੀ ਹੈ ਹਾਈ ਲੋ ਵਾਲੇ ਆਈਸ਼ਰ ਬਹੁਤ ਘੱਟ ਮਿਲਦੇ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ ਤਾਂ ਇਹ ਮੈਂ ਨਵਾਂ ਹੀ ਮੰਨ ਕੇ ਆਂਦਾ ਬੇਸ਼ੱਕ ਕੋਈ ਹਾਰ ਪਾ ਕੇ ਲੈ ਜੇ ਇਹਨੂੰ ਹਨਾ ਐ ਪੂਰਾ ਸੀਟਾ ਸੂਟਾ ਕੰਨੀ ਹਰ ਪਾਸੇ ਪੂਰਾ ਐ ਜਮਾ ਅੱਤ ਹੋਈ ਪਈ ਹੈ ਟਰੈਕਟਰ ਦੀ ਹਨਾ ਨਾਲ ਦੇ ਹਾਂ ਜਮਾ ਨਾਲ ਦੀ ਸੀਲ ਹੈ ਯਾਰ ਮੈਂ ਕਹਿੰਦਾ ਵੀ ਇਹ ਚੀਜ਼ ਚ ਘਾਟ ਹੈ ਹੀ ਨੀ ਕੋਈ ਇਸ ਟਰੈਕਟਰ ਚ ਹੁੱਕ ਦੇਖ ਲਓ ਤੁਸੀਂ ਹੁੱਕ ਹੱਕ ਕੰਨੀ ਹਰ ਕੰਨੀ ਟਿਊਬਾਂ ਦੇਖ ਲਓ ਚਾਰੇ ਪਾਸੇ ਪੂਰਾ ਇਹ ਸਾਫ ਟਰੈਕਟਰ ਹੈ ਕਿਸੇ ਵਧੀਆ ਬੰਦੇ ਨੇ ਕੰਮ ਵੀ ਲੈਤਾ ਹੈ ਤੇ ਕੰਮ ਇਹਦੀ ਕਦਰ ਵੀ ਪਾਈ ਹੈ ਇਹਦੀ ਹਨਾ ਤੇ ਪੰਪ ਲੱਗਿਆ ਪੰਪ ਹੈ ਜਿਹੜਾ ਜਮਾ ਨਵਾਂ ਪੰਪ ਲੱਗਿਆ ਤੇ ਮਾਡਲ 87 ਹੈ ਤੇ ਟਰੈਕਟਰ ਹੈਗਾ ਇਹ ਅਮਰਜੀਤ ਕੋਲੇ ਤੇ ਨੰਬਰ ਆਪਾਂ ਵੀਡੀਓ ਛੱਡ ਦਿਆਂਗੇ 87 ਮਾਡਲ ਤੇ 1,35,000 ਡਿਮਾਂਡ ਹੈ ਤੇ ਆਹ ਦੇਖੋ ਬੰਦੇ ਆਏ ਜਮਾ ਕੋਲੇ ਖੜੇ ਆ ਇਹਦੇ ਹੋਏ ਆਹ ਬੰਦਾ ਲਿਆਉਂਦੇ ਨੇ ਟਰੈਕਟਰ ਤੁਸੀਂ ਇਹਦੇ ਨਾਲ ਆਉਂਦੇ ਹੁੰਦੇ ਹੋਗੇ ਇਹ ਨਾਲ ਆਉਂਦੇ ਨੇ ਇਹਦਾ ਖੜੇ ਨਹੀਂ ਛੱਡਦੇ ਇਹ ਜਿਵੇਂ ਜਵਾਕ ਨਹੀਂ ਮਾਂ ਨਾਲ ਚੁੰਬੜ ਜਾਂਦਾ ਹਨਾ ਤੇ ਨਾਲ ਚੁੰਬੜੇ ਖੜੇ ਆ ਤੇ ਵੀਡੀਓ ਸ਼ੇਅਰ ਕਰ ਦਿਓ ਆਈਸ਼ਰ ਦੇ ਨਾਂ ਤੇ ਜਿਹੜੇ ਆਸ਼ੇ ਦੇ ਫੈਨ ਹੈ ਤੇ ਧੰਨਵਾਦ।